ਵੈਲਕਮ ਬੈਕ ਬਹੁਤ ਬਹੁਤ ਸਵਾਗਤ ਹੈ ਜੀ ਕਰੇਲੂ ਇਲਾਜ ਅੱਜ ਫਿਰ ਇੱਕ ਸ਼ਾਨਦਾਰ ਗਜ਼ਬ ਦਾ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨ ਵਾਸਤੇ ਹਾਜ਼ਰ ਹੋਇਆ ਹਾਂ ਅੱਜ ਦਾ ਵੀਡੀਓ ਦੰਦਾਂ ਦੇ ਉੱਤੇ ਹੈ ਦੰਦਾਂ ਦਾੜਾਂ ਔਰ ਮਸੂੜਿਆਂ ਦੇ ਉੱਤੇ ਮੈਂ ਪਹਿਲਾਂ ਵੀ ਕਈ ਵੀਡੀਓਸ ਪਾਏ ਹੈ ਦੰਦਾਂ ਦਾੜਾਂ ਔਰ ਮਸੂੜਿਆਂ ਦੇ ਉੱਤੇ ਵਾਕਈ ਬੜੇ ਗਜ਼ਬ ਦੇ ਰਿਜ਼ਲਟ ਮਿਲੇ ਸੱਚਮੁੱਚ ਉਹਨਾਂ ਨੇ ਕੰਮ ਕੀਤਾ ਹੈ ਔਰ ਸਭ ਦੇ ਥੈਂਕ ਯੂ ਦੇ ਮੈਸੇਜਸ ਆਏ ਮਨ ਖੁਸ਼ ਹੋ ਗਿਆ ਔਰ ਮੇਰਾ ਜੀ ਕੀਤਾ ਕਿ ਹੁਣ ਇੱਕ ਐਸਾ ਫਾਰਮੂਲਾ ਦਵਾਂ ਮੈਂ ਕਹਿੰਦਾ ਪੀੜੀਦਰ ਪੀੜੀ ਵਿੱਚ ਲਾਓਗੇ ਨਾ ਉਹ ਫਾਰਮੂਲਾ ਹਮੇਸ਼ਾ ਕਾਮਯਾਬ ਰਹੇਗਾ ਤੁਹਾਨੂੰ ਤੁਹਾਡੇ ਬੱਚੇ ਯਾਦ ਰੱਖਣਗੇ ਕਿ ਯਾਰ ਸਾਡੇ ਪੇਰੈਂਟਸ ਕਦੀ ਜਾਂ ਸਾਡੇ ਵੱਡੇ ਬਜ਼ੁਰਗ ਜਿਹੜੇ ਐ ਉਹ ਸਾਡੇ ਉਹ ਫਾਰਮੂਲਾ ਬਣਾਉਂਦੇ ਹੁੰਦੇ ਸੀ ਦੰਦਾਂ ਵਾਸਤੇ ਮੈਂ ਕਹਿੰਦਾ ਕਮਾਲ ਦਾ ਫਾਰਮੂਲਾ ਜਿਸ ਦਿਨ ਇਸਤੇਮਾਲ ਕਰੋਗੇ ਡੇ 1 ਤੋਂ ਕਜ਼ਬ ਦਾ ਰਿਜ਼ਲਟ ਦਿਖਾਏਗਾ ਠੀਕ ਹੈ ਅੱਜ ਫਾਰਮੂਲਾ ਨੋਟ ਕਰਾਉਂਗਾ ਦਿਖਾਂਚ ਟਾਈਮ ਨਹੀਂ ਲਗਾਉਂਗਾ ਫਟਾਫਟ ਨੋਟ ਕਰਨੀ ਹੈ ਸੱਤ ਚੀਜ਼ਾਂ ਲੇਕਿਨ ਖਿਆਲ ਇਸ ਗੱਲ ਦਾ ਰੱਖਣਾ ਕਿ ਉਸ ਫਾਰਮੂਲੇ ਨੂੰ ਉਸ ਮੰਜਨ ਨੂੰ ਆਪਾਂ ਡੇਲੀ ਬੇਸਿਸ ਤੇ ਨਹੀਂ ਕਰਨਾ ਕਦੋਂ ਕਰਨਾ ਹੈ ਔਰ ਕਿਹੜੀ ਪ੍ਰੋਬਲਮ ਚ ਕਰਨਾ ਹੈ ਪਹਿਲਾਂ ਉਹ ਸੁਣੋ ਜੇ ਕਿਸੇ ਨੂੰ ਦੰਦਾ ਦਾਣਾ ਦੇ ਅੰਦਰ ਭਿਆਨਕ ਦਰਦ ਹੋ ਰਿਹਾ ਹੈ ਉਹਦੇ ਚ ਇਸਤੇਮਾਲ ਕੀਤਾ ਜਾ ਸਕਦਾ ਹੈ ਦੂਸਰਾ ਜੇ ਕਿਸੇ ਨੂੰ ਠੰਡਾ ਲੱਗਦਾ ਹੈ ਆਈਸਕ੍ਰੀਮ ਖਾਦੀ ਠੰਡੀ ਕੋਕ ਪੀਤੀ ਕੁਝ ਵੀ ਕੋਲਡ ਡਰਿੰਕ ਪੀਤੀ ਦੰਦਾ ਨੂੰ ਲੱਗ ਰਹੀ ਹੈ ਜਾਂ ਚਾਹ ਕੌਫੀ ਪੀਣੇ ਗਰਮ ਲੱਗਦਾ ਹੈ ਸਭੀ ਉਹਦਾ ਇਸਤੇਮਾਲ ਕੀਤਾ ਜਾ ਸਕਦਾ ਹੈ ਜੇ ਰੇਸ਼ਾ ਪਰ ਗਿਆ ਹੈ ਦੰਦਾ ਦਾੜਾ ਮਸੂੜਿਆਂ ਦੇ ਵਿੱਚ ਜੇ ਰੇਸ਼ਾ ਪਰ ਗਿਆ ਉਹਦੇ ਵਿੱਚ ਵੀ ਬੜਾ ਗਜ਼ਬ ਦਾ ਕੰਮ ਕਰਦਾ ਕਮਾਲ ਦੀ ਚੀਜ਼ ਹੈ ਦੇਖੋ ਗਰਮ ਠੰਡਾ ਲੱਗਣਾ ਦੰਦਾ ਦਾਣਾ ਚ ਦਰਦ ਹੋਣਾ ਮਸੂੜਿਆਂ ਵਿੱਚ ਰੇਸ਼ਾ ਪਰ ਜਾਣਾ ਰੇਸ਼ੇ ਦੀ وجہ ਨਾਲ ਤਾਂ ਐਨਾ ਟਸ 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 ਲਾਈ ਰੱਖਦਾ ਬੰਦੇ ਚਸ ਟਸ ਟਸ ਜਦੋਂ ਲਾਈ ਰੱਖਦੇ ਨੇ ਬੰਦੇ ਦੇ ਹੱਥ ਛੱਤ ਨੂੰ ਲਵਾਉਂਦਾ ਐਨਾ ਪੇਨ ਆਉਂਦਾ ਜ਼ਬਰਦਸਤ ਇਸ ਸਾਰੀਆਂ ਤਕਲੀਫਾਂ ਦੇ ਵਿੱਚ ਉਸ ਮੰਜਨ ਦਾ ਇਸਤੇਮਾਲ ਕਰੋ ਜਿਹੜਾ ਤੁਸੀਂ ਹੁਣ ਘਰ ਬਣਾਉਗੇ ਕੁੱਝ ਜਬਰੂ ਲੈ ਕੇ ਆਣੀਆਂ ਪੈਣੀਆਂ ਠੀਕ ਹੈ ਔਰ ਲੇਕਿਨ ਇੱਕ ਵਾਰ ਦੀ ਮਿਹਨਤ ਹੈ ਜਦੋਂ ਉਹ ਫਾਰਮੂਲਾ ਤੁਹਾਡੇ ਕੋਲ ਸੈੱਟ ਹੋ ਗਿਆ ਜ਼ਿੰਦਗੀ 'ਚ ਮੈਂ ਕਹਿੰਦਾ ਕਦੀ ਰੱਬ ਨਾ ਕਰੇ ਕਿਸੇ ਦੇ ਦੰਦਾਂ ਦਾੜਾਂ 'ਚ ਤਕਲੀਫ ਆਵੇ ਲੇਕਿਨ ਜੇ ਆਵੇ ਹਮੇਸ਼ਾ ਫਰਸਟ ایڈ ਦੇ ਤੌਰ ਤੇ ਉਸ ਮੰਜਰ ਨੂੰ ਆਪਣੇ ਘਰ 'ਚ ਬਣਾ ਕੇ ਰੱਖੋ ਥੋੜੀ ਜੀ ਮਿਹਨਤ ਕਰਨੀ ਪੈਗੀ ਲੇਕਿਨ ਦੰਦਾਂ ਦਾੜਾਂ ਦੇ ਦਰਦਾਂ ਤੋਂ ਗਰਮ ਠੰਡੇ ਤੋਂ ਹਮੇਸ਼ਾ ਛੁਟਕਾਰਾ ਰਾਈਟ ਫਾਰਮੂਲਾ ਨੋਟ ਕਰੋ ਜੀ ਸਿੱਧਾ ਮੁੱਦੇ ਤੇ ਆਨਾ ਹੈ ਸਭ ਤੋਂ ਪਹਿਲੀ ਚੀਜ਼ ਅਕਰਕਰਾ ਅਕਰਕਰਾ ਲੈਣੀ ਹੈ ਜੀ 25 ਗ੍ਰਾਮ ठीक है कोई भी ले लो चाहे इंडियन ले लो चाहे ईरानी ले लो ईरानी जरा ज़्यादा तेज़ होंगी है इंडियन थोड़ी जी उस घट तो है लेकिन कोई इशू नहीं है ठीक है रेट का भी फर्क होता है इंडियन सस्ती होती है इंडियन ले लो कोई इशू नहीं बड़ा बड़ा काम करेगी फर्स्ट थिंग इज अक्कर कि पच्ची ग्राम दूसरी चीज़ वाई वडंग वाईवडंगी जी पंद्रह ग्राम ठीक है तीसरी चीज़ काली मिर्च पंद्रह ग्राम चौथी चीज़ तम्बाकू पंद्रह ग्राम ਹੁਣ ਤੁਸੀਂ ਕਹੋਗੇ ਯਾਰ ਤਮਾਕੂ ਪਾਇਆ ਹੈ ਇਹ ਤਾਂ ਨਸ਼ੇ ਵਾਲਾ ਕੰਮ ਹੈ ਜਾਂ ਇਸ ਤਰ੍ਹਾਂ ਦੀ ਗੱਲ ਹੈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਤਮਾਕੂ ਬਹੁਤ ਸਾਰੀਆਂ ਮੈਡੀਸਿਨਸ ਦੇ ਵਿੱਚ ਕੰਮ ਆਉਂਦਾ ਖਾਸ ਕਰਕੇ ਮੰਜਨ ਦੇ ਅੰਦਰ ਅੱਜ ਵੀ ਕਈ ਕੰਪਨੀਆਂ ਜੇ ਤੁਸੀਂ ਧਿਆਨ ਨਾਲ ਉਹਨਾਂ ਦਾ ਕੰਪੋਜੀਸ਼ਨ ਜਾਂ ਫਾਰਮੂਲਾ ਪੜੋਗੇ ਉਹਦੇ ਅੰਦਰ ਤਮਾਕੂ ਪਾਇਆ ਹੁੰਦਾ ਠੀਕ ਹੈ ਐਸੇ ਕਰਕੇ ਮੈਂ ਕਿਹਾ ਇਹਨੂੰ ਰੈਗੂਲਰ ਇਸਤੇਮਾਲ ਨਹੀਂ ਕਰਨਾ ਠੀਕ ਹੈ ਕਿਉਂ ਕਿ ਇਹ ਪਹਿਲੇ ਦੂਜੇ ਦਿਨ ਤੀਜੇ ਦਿਨ ਚ ਤੁਹਾਨੂੰ ਬਹੁਤ ਜ਼ਬਰਦਸਤ ਆਰਾਮ ਦੇ ਦੇਣਾ ਹੈ ਐਸ ਕਰਕੇ ਇਸ ਤੋਂ ਨਹੀਂ ਡਰਨਾ ਕਿ ਆਪਾਂ ਕਿਤੇ ਨਸ਼ਾ ਤਾਂ ਨਹੀਂ ਹੋ ਜਾਏਗਾ ਜਾਂ ਇਹ ਨਸ਼ਾ ਤਾਂ ਨਹੀਂ ਯੂਜ਼ ਕਰਾ ਰਹੀ ਤਮਾਕੂ ਦੇ ਤੌਰ ਤੇ ਔਰ ਤਮਾਕੂ ਜਿਹੜਾ ਲੈਣਾ ਨਾ ਉਹ ਪਾਣ ਵਾਲਾ ਪਨਵਾੜੀ ਵਾਲਾ ਤਮਾਕੂ ਨਹੀਂ ਲੈਣਾ ਹੈਗਾ ਜਿਹੜੇ ਤਮਾਕੂ ਅਲੱਗ ਦੁਕਾਨਾਂ ਹੁੰਦੀਆਂ ਜਿਹੜੀਆਂ ਤਮਾਕੂ ਵੇਚਦੇ ਹਨ ਹੈਨਾ ਇੱਕ ਨਾਰਮਲ ਤਮਾਕੂ ਹੁੰਦਾ ਹੈ ਉਹ ਜਿਹੜੇ ਤਮਾਕੂ ਹੁੰਦੇ ਪਾਣ ਵਾਲਿਆਂ ਕੋਲ ਉਹ ਬੜੇ ਪ੍ਰੋਸੈਸ ਕੀਤੇ ਤਮਾਕੂ ਹੁੰਦੇ ਠੀਕ ਹੈ ਕੈਮੀਕਲੀ ਪ੍ਰੋਸੈਸਡ ਹੈ ਉਹ ਵਾਲਾ ਯੂਜ਼ ਨਹੀਂ ਕਰਨਾ ਠੀਕ ਹੈ ਸਿੰਪਲ ਤਮਾਕੂ ਤੁਸੀਂ ਲੈ ਕੇ ਨਾ उस तो अगली आइटम है जी स्फुट पसम स्फुटिक पसम लैनी है तुम्हें तो दस ग्राम ठीक है अगली आइटम है कपूर वो भी दस ग्राम और लास्ट आइटम है नशादर नशादर कि जी पांच ग्राम बस यह सारिया आइटम का कुल जोड़ करोगे तकरीबन पचानवे को ग्राम बन जाएगा यानी सौ ग्राम के आसपास बन गया चंकी तरह पीस के पाउडर बना के और एक डब्बी रख लो ਜਦੋਂ ਵੀ ਮੰਨ ਲੋ ਰੱਬ ਨਾ ਕਰੇ ਕਿਸੇ ਨੂੰ ਹੋਵੇ ਲੇਕਿਨ ਫਿਰ ਵੀ ਕਦੀ ਕਿਸੇ ਨੂੰ ਤਕਲੀਫ ਰਹਿੰਦੀ ਹੈ ਘਰ ਚ ਬਜ਼ੁਰਗ ਹੁੰਦੇ ਐ ਬੱਚੇ ਵੀ ਹੁੰਦੇ ਕਈ ਵਾਰ ਚਾਕਲੇਟ ਚੁਕਲੇਟ ਜ਼ਿਆਦਾ ਖਾ ਲਈ ਔਰ ਉਸ ਵਿਲੇਜ ਜੇ ਤੁਸੀਂ ਚਾਹੋ ਛੋਟੇ ਬੱਚਿਆਂ ਬਹੁਤ ਛੋਟੇ ਬੱਚਿਆਂ ਨੂੰ ਇਸਤੇਮਾਲ ਨਹੀਂ ਕਰਾਉਣਾ ਘਟੋ ਘਟ ਮਤਲਬ 13 14 ਸਾਲ ਤੋਂ ਉੱਪਰ ਦਾ ਬੱਚਾ ਜੜਾ ਉਹਨਾਂ ਨੂੰ ਇਸਤੇਮਾਲ ਕਰਾਓ ਤੇ ਜੇ ਛੋਟੇ ਬੱਚੇ ਨੂੰ ਕਰਾਉਣਾ ਬਹੁਤ ਮਾਮੂਲੀ ਜਿਹਾ ਕਰਾ ਦਿਓ ਕੋਈ ਗੱਲ ਨਹੀਂ ਠੀਕ ਹੈ ਵਸੇ ਆਮ ਤੌਰ ਤੇ ਰੇਸ਼ਾ ਰੂਸ਼ਾ ਕਦੀ ਛੋਟੇ ਬੱਚਿਆਂ ਦੇ ਪਰਦਾ ਨਹੀਂ ਇਹਦਾ ਇਸਤੇਮਾਲ ਕਰੋ ਜੀ ਮੈਂ ਕਹਿੰਨਾ ਇਹਨੂੰ ਕਰਕੇ ਹਲਕੇ ਹੱਥ ਨਾਲ ਔਰ ਮਸੂੜਿਆਂ ਤੇ ਚੰਗੀ ਤਰ੍ਹਾਂ ਮ사ਜ ਕਰਨੀ ਹੈ ਔਰ ਲਾਰ ਛੱਡਣੀ ਹੈ ਠੀਕ ਹੈ ਲਾਰ ਮੂੰਹੋਂ ਛੱਡਦੀ ਹੈ ਮਤਲਬ ਵਾਸ਼ ਵੇਸਨ ਦੇ ਉੱਥੇ ਹੀ ਤੁਸੀਂ ਜਿਹੜਾ ਲਾਰ ਛੱਡੀ ਜਾਣੀ ਹੈ 2-3 ਮਿੰਟ 4 ਮਿੰਟ 5 ਮਿੰਟ ਉਸ ਤੋਂ ਬਾਅਦ ਗੁੰਗੁਨੇ ਪਾਣੀ ਨਾਲ ਚੁਲੀ ਕਰ ਦੇਣੀ ਮੈਂ ਕਹਿੰਨਾ 2-3 ਦਿਨ ਕਰਨ ਦੀ ਲੋੜ ਹੈ ਉਸ ਤੋਂ ਬਾਅਦ ਤੁਸੀਂ ਕਹੋਗੇ ਰਿਸ਼ਾ ਗਾਇਬ ਠੰਡਾ ਗਰਮ ਲੱਗਣਾ ਗਾਇਬ ਦੰਦਾਂ ਦਾੜਾ ਮਸੂੜੇ ਮਜ਼ਬੂਤ ਕਿਆ ਬਾਤ ਗੱਜਬ ਇੰਨਾ ਸ਼ਾਨਦਾਰ ਕੰਮ ਕਰੇਗਾ ਰਾਈਟ ਇਹ ਉਹ ਫਾਰਮੂਲਾ ਜਿਹੜਾ ਅਸੀਂ ਕਹਿੰਦੇ ਸੀ ਸਾਡੇ ਦਾਦਾ ਜੀ ਕੋਲ ਫਾਰਮੂਲਾ ਹੁੰਦਾ ਸੀ ਜੀ ਪਰ ਅਸੀਂ ਨੋਟ ਨਹੀਂ ਕਰਕੇ ਰੱਖਿਆ ਅੱਜ ਨੋਟ ਕਰੋ ਅੱਜ ਨੋਟ ਕਰਨ ਦਾ ਦਿਨ ਹੈ ਇਹ ਮੈਂ ਕਹਿੰਨਾ ਹੈ ਬਕਰ ਚ ਬਣਾ ਕੇ ਰੱਖ ਲਓ ਧੰਦਾ ਦਾਣੇ ਦੀ ਤਕਲੀਫ ਕਦੀ ਆਏਗੀ ਨਹੀਂ ਇੰਨੀ ਸ਼ਾਨਦਾਰ ਫਾਰਮੂਲਾ ਹੈ ਰਾਈਟ ਔਰ ਐਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਹਰ ਇਨਸਾਨ ਦਾ ਹਰ ਬਜ਼ੁਰਗ ਦਾ ਸਭ ਦਾ ਪਲਾ ਹੋ ਸਕੇ ਰਾਈਟ ਬਹੁਤ ਬਹੁਤ ਸ਼ੁਕਰੀਆ ਇਸ ਵੀਡੀਓ ਨੂੰ ਦੇਖਣ ਵਾਸਤੇ ਔਰ ਸ਼ੇਅਰ ਕਰਨ ਵਾਸਤੇ ਥੈਂਕ ਯੂ ਵੈਰੀ ਮਚ ਗੋਡ ਬlesਸ ਯੂ एवरीवन